ਰਾਤ ਦੇ ਘੁੱਪ ਹਨੇਰੇ ਵਿੱਚ ਤੁਸੀਂ ਕਦੀ ਕਦੀ ਆਵਾਜ਼ਾਂ ਸੁਣੀਆਂ ਹੋਣਗੀਆਂ ਕਿ ਚੋਰ ਆ ਗਿਆ, ਚੋਰ ਆ ਗਿਆ। ਕਦੀ ਚੋਰ ਫੜਿਆ ਜਾਂਦਾ, ਕਦੀ ਚੋਰ ਨੱਸ ਜਾਂਦਾ, ਤੇ ਕਦੀ ਪਤਾ ਲੱਗਦਾ ਵੀ ਚੋਰ ਹੈ ਹੀ ਨਹੀਂ ਸੀ, ਇਹ ਤੇ ਘਰ ਦੀ ਬਿੱਲੀ ਸੀ ਜਿਹਨੇ ਦੁੱਧ ਵਾਲੇ ਭਾਂਡੇ 'ਚ ਮੂੰਹ ਪਾਇਆ ਸੀ। ਅੱਜ ਕੱਲ੍ਹ ਪਾਕਿਸਤਾਨ ਦੇ ਮੀਡੀਆ ਵਿੱਚ ਵੀ ਨਾਰੇ ਵੱਜਣ ਡਏ ਨੇ ਕਿ ਫੌਜ ਆ ਰਹੀ ਹੈ, ਫੌਜ ਆ ਰਹੀ ਹੈ। ਮੇਰੇ ਵਰਗੇ ਮਾਤਲ ਪੁੱਛਦੇ ਨੇ ਵੀ ਫੌਜ ਗਈ ਕਿੱਥੇ ਸੀ ਜਿਹੜੀ ਆ ਰਹੀ। ਕਿਸੇ ਜ਼ਮਾਨੇ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਡੱਬਾ ਪੀਰ ਹੁੰਦੇ ਸਨ, ਲੋਕ ਉਹਨਾਂ ਕੋਲ ਪੁੱਤਰ ਮੰਗਣ ਜਾਂਦੇ ਸਨ, ਪੀਰ ਸਾਹਿਬ ਨਜ਼ਰਾਨਾ ਵਸੂਲ ਕਰਕੇ ਚਿੱਲਾ ਕਰਦੇ ਸਨ, ਫਿਰ ਡੂੰਘਾ ਸੋਚ ਵਿਚਾਰ ਕਰਕੇ ਦੱਸਦੇ ਸਨ ਵੀ ਮੁੰਡਾ ਹੋਏਗਾ, ਜੇ ਮੁੰਡਾ ਨਾ ਹੋਇਆ ਤਾਂ ਕੁੜੀ ਤਾਂ ਜ਼ਰੂਰ ਹੋਏਗੀ। ਪਾਕਿਸਤਾਨ ਦੇ ਮੀਡੀਆ ਵਿੱਚ ਵੀ ਅੱਜ ਕੱਲ੍ਹ ਡੱਬਾ ਪੀਰ ਬੈਠੇ ਨੇ ਜਿਹੜੇ ਹਰ ਸ਼ਾਮੀ ਸਾਨੂੰ ਦੱਸਦੇ ਨੇ ਵੀ ਹਕੂਮਤ ਚੱਲੀ ਜੇ, ਹਕੂਮਤ ਚੱਲੀ ਜੇ ਕੱਲ੍ਹ ਨਾ ਗਈ ਤਾਂ ਪਰਸੋਂ ਤਾਂ ਜ਼ਰੂਰ ਹੀ ਜਾਵੇਗੀ। 4 ਸਾਲ ਤੋਂ ਉੱਤੇ ਹੋ ਗਏ ਨੇ, ਇਲੈਕਸ਼ਨ ਸਿਰ 'ਤੇ ਆਣ ਖਲੋਤੇ ਨੇ, ਇੱਕ ਵਜ਼ੀਰ ਆਜ਼ਮ ਨੂੰ ਘਰ ਭੇਜ ਦਿੱਤਾ ਗਿਆ, ਲੇਕਿਨ ਹਕੂਮਤ ਜਿਹੜੀ ਹੈ ਉਹ ਹਿੱਲਣੀ ਨਹੀਂ ਰਹੀ। ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲੇ ਹਕੂਮਤ ਨੂੰ ਫਾਰਗ ਕਰਾਉਣ ਦੀ ਏਡੀ ਕਾਹਲੀ ਕਿਉਂ? ਇੱਕ ਤਾਂ ਇਹ ਡਰ ਹੈ ਵੀ ਜੇ ਇਲੈਕਸ਼ਨ ਤੱਕ ਡਿੱਗਦੀ ਢਹਿੰਦੀ ਹਕੂਮਤ ਚੱਲਦੀ ਰਹੀ ਤਾਂ ਇਹਨੂੰ ਹਰਾਉਣਾ ਔਖਾ ਹੋ ਜਾਏਗਾ। ਪੰਜਾਬ ਵਿੱਚ ਇੱਕ ਮਾਹੌਲ ਬਣਾਉਣਾ ਪਏਗਾ ਵੀ ਸਿਰਫ ਨਵਾਜ਼ ਸ਼ਰੀਫ ਹੀ ਫਾਰਗ ਨਹੀਂ, ਇਹਦੀ ਪੂਰੀ ਪਾਰਟੀ ਫਾਰਗ ਹੈ ਅਤੇ ਦੁਬਾਰਾ ਹਕੂਮਤ ਨਹੀਂ ਆਉਣ ਲੱਗੀ। ਪਾਕਿਸਤਾਨ ਦੇ ਵੱਡੇ ਸਿਆਸੀ ਫੈਸਲੇ ਹਮੇਸ਼ਾ ਪੰਜਾਬ 'ਚ ਹੀ ਹੁੰਦੇ ਨੇ। ਉੱਤੋਂ ਜਿਹੜੀ ਫੌਜ ਨੂੰ ਅਸੀਂ ਸੱਦੇ ਭੇਜਣ ਡਏ ਹਾਂ ਉਹਦੇ 'ਚ ਹੈ ਤਾਂ ਸਿੰਧੀ ਅਤੇ ਪਸ਼ਤੂਨ ਅਤੇ ਬਲੋਚ ਵੀ ਨੇ ਟੇਵੇਂ ਟੇਵੇਂ, ਲੇਕਿਨ ਠੱਪਾ ਉਹਦੇ 'ਤੇ ਵੀ ਪੰਜਾਬੀ ਹੋਣ ਦਾ ਹੀ ਲੱਗਾ ਹੈ। ਪਹਿਲੇ ਵੀ 3 ਵਾਰੀ ਮੁਲਕ ਵਿੱਚ ਮਾਰਸ਼ਲਾ ਲੱਗ ਚੁੱਕਿਆ ਹੈ। ਜਦੋਂ ਵੀ ਮਾਰਸ਼ਲਾ ਲੱਗਦਾ ਹੈ ਸਿੰਧ ਅਤੇ ਬਲੋਚਿਸਤਾਨ 'ਚ ਵਕਾਫਤਾਂ ਹੁੰਦੀਆਂ ਨੇ ਅਤੇ ਪੰਜਾਬ 'ਚ ਭੰਗੜੇ ਪੈਂਦੇ ਨੇ। ਹੁਣ ਇਸਲਾਮਾਬਾਦ ਵਿੱਚ ਵੀ ਸ਼ਰੀਫਾਂ ਦੀ ਢਿੱਲੀ ਮੱਠੀ ਹਕੂਮਤ ਹੈ ਅਤੇ ਪੰਜਾਬ 'ਤੇ ਵੀ ਪੂਰਾ ਅਤੇ ਪੁਰਾਣਾ ਕਬਜ਼ਾ ਹੈ। ਹੁਣ ਇਹ ਸਮਝੋ ਵੀ ਪੰਜਾਬੀਆਂ ਦੇ ਘਰ ਵਿੱਚ ਇੱਕ ਲੜਾਈ ਜੀ ਪੈ ਗਈ। ਇਸ ਲੜਾਈ ਨੂੰ ਇਲੈਕਸ਼ਨ ਤੋਂ ਪਹਿਲੇ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਜਿਹੜੀ ਫੱਟੜ ਜਿਹੀ ਜਮਹੂਰੀਅਤ ਸਾਡੇ ਕੋਲ ਹੈ ਇਹਦਾ ਵੀ ਨੁਕਸਾਨ ਹੋਵੇਗਾ ਅਤੇ ਪੰਜਾਬ ਦਾ ਵੀ ਕੋਈ ਫਾਇਦਾ ਨਹੀਂ ਹੋਣ ਲੱਗਾ। ਜਿਹੜੇ ਬੇਸਬਰੇ ਇਹ ਆਉਂਦੇ ਨੇ ਵੀ ਹਕੂਮਤ ਨੂੰ ਘਰ ਭੇਜੋ ਅਤੇ ਕੁਛ ਬਾਬੂਆਂ ਵਾਲਾ ਸੈਟਅਪ ਬਣਾਓ ਜਿਹੜਾ ਇਹ ਸਾਰਾ ਗੰਦ ਸਾਫ਼ ਕਰੇ, ਅਤੇ ਉਹ ਇਹ ਯਾਦ ਰੱਖਣ ਇਸ ਤਰ੍ਹਾਂ ਦੇ ਬਾਬੂ ਵਜ਼ੀਰ ਆਜ਼ਮ ਅਸੀਂ ਪਹਿਲੇ ਵੀ ਇੰਪੋਰਟ ਕਰ ਚੁੱਕੇ ਹਾਂ, ਅੱਜ ਕੱਲ੍ਹ ਉਹਨਾਂ ਦਾ ਕੋਈ ਨਾਮ ਹੀ ਨਹੀਂ ਜਾਣਦਾ। ਬਾਕੀ ਜਿਹੜੇ ਫੌਜ ਨੂੰ ਆਵਾਜ਼ਾਂ ਮਾਰਦੇ ਨੇ ਉਹ ਵੀ ਯਾਦ ਰੱਖਣ ਕਿ ਫੌਜ ਕੋਈ ਚੋਰ ਤਾਂ ਹੈ ਨਹੀਂ ਜਿਹੜੀ ਸੰਨ ਲਾ ਕੇ ਆਵੇਗੀ, ਉਹਦਾ ਜਦੋਂ ਦਿਲ ਕਰੇਗਾ ਸਾਹਮਣੇ ਵਾਲਾ ਬੂਹਾ ਤੋੜ ਕੇ ਆਵੜੇਗੀ। ਫੌਜ ਵੀ ਇੱਥੇ ਦੀ ਜੰਮ ਪਲ ਹੈ, ਇਹ ਸਮਝੋ ਬਈ ਤੁਹਾਡਾ ਵੱਡਾ ਭਰਾ ਟੈਂਕ 'ਤੇ ਬਹਿ ਕੇ ਵਿਹੜੇ 'ਚ ਆ ਜਾਏ ਤਾਂ ਬੰਦਾ ਕੀ ਕਰ ਸਕਦਾ, ਜੀ ਆਇਆਂ ਨੂੰ ਹੀ ਆਖ ਸਕਦਾ, ਇਹ ਵੀ ਨਹੀਂ ਪੁੱਛ ਸਕਦਾ ਕਿ ਭਾਈ ਜਾਨ ਕਿਵੇਂ ਆਇਓ ਅਤੇ ਕਦੋਂ ਜਾਓਗੇ। ਤੁਹਾਡੇ ਨਾਲ ਗੱਲਬਾਤ ਕਰਨ ਦਾ ਸੋਚ ਹੀ ਰਿਹਾ ਸਾਂ ਅਤੇ ਖਬਰ ਆਈ ਕਿ ਪੰਜਾਬੀ ਦੇ ਸ਼ਾਇਰ ਅਤੇ ਵੱਡੇ ਸਾਫ਼ੀ ਡਰਾਮਾ ਨਿਗਾਰ ਮੁੰਨੂ ਭਾਈ ਇੱਕ ਬੜੀ ਭਰਮੀ ਜ਼ਿੰਦਗੀ ਗੁਜ਼ਾਰ ਕੇ ਪੂਰੇ ਹੋ ਗਏ ਨੇ। ਉਹਨਾਂ ਨੇ ਇੱਕ ਦਫ਼ਾ ਆਖਿਆ ਸੀ ਜਿਨ੍ਹਾਂ ਸਾਨੂੰ ਧੋਖੇ ਦਿੱਤੇ ਉਹਨਾਂ ਕੋਲੋਂ ਹੀ ਨਵੀਆਂ ਆਸਾਂ ਲਾ ਬੈਠੇ ਹਾਂ। ਅੱਲਾ ਮੁੰਨੂ ਭਾਈ ਨੂੰ ਜੰਨਤ ਨਸੀਬ ਕਰੇ ਅਤੇ ਸਾਨੂੰ ਅਕਲ ਦੇਵੇ। ਰੱਬ ਰਾਖਾ।